ਪੰਜਾਬ ਵੀ ਸਲਾਈ ਕਢਾਈ ਦੇਖ ਕੇ ਸਾਰੀਆਂ ਮੇਰੇ ਵੀਰਾਂ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਲਾਂਚਾ ਬਣਾਉਣਾ ਦੱਸੂੰਗੀ, ਤੁਸੀਂ ਧਿਆਨ ਨਾਲ ਦੇਖਣਾ। ਇਹਦੀ ਕਟਾਈ ਦੱਸਾਂਗੇ, ਨਾਲ ਇਹਦੀ ਸਿਲਾਈ ਦੱਸਾਂਗੇ। ਹੁਣ ਆਪਾਂ ਸਟਾਰਟ ਕਰਦੇ ਹਾਂ ਜੀ। ਇਹ ਆਪਣੇ ਕੱਪੜਾ ਲਿੱਤਾ, ਇਹਦੇ ਉੱਪਰ ਲੈਸ ਲਾਵਾਂਗੇ। ਜਿਹੜਾ ਆਪਣਾ ਕੱਪੜਾ 1 ਮੀਟਰ ਆ, ਇਹ ਜਿਹੜਾ ਲੰਚ ਆਪਣੇ ਬਣਾਉਣਾ 5-6 ਸਾਲ ਦੇ ਬੱਚੇ ਦਾ ਬਣਾਉਣਾ। ਜੇਕਰ ਤੁਸੀਂ ਵੱਡਾ ਬਣਾਉਣਾ ਤਾਂ ਉਸਦੇ ਲਈ ਆਪਾਂ ਨੂੰ ਜ਼ਿਆਦਾ ਕੱਪੜੇ ਜ਼ਰੂਰਤ ਹੈ। ਜੇਕਰ ਤੁਸੀਂ ਫੁੱਲ ਸਾਈਜ਼ ਦਾ ਬਣਾਉਣਾ ਤਾਂ ਉਹਦੇ ਲਈ ਆਪਾਂ ਨੂੰ 3 ਮੀਟਰ ਕੱਪੜਾ ਲੱਗੂਗਾ। ਇਸ ਤਰ੍ਹਾਂ ਇਸਨੂੰ ਆਪਾਂ ਫੋਲਡ ਡਬਲ ਫੋਲਡ ਕਰ ਲਾਂਗੇ। ਚੰਗੀ ਤਰ੍ਹਾਂ ਇਸਨੂੰ ਆਪਣੇ ਰੇ ਫੋਲਡ ਕਰਿਆ ਗਾ। ਇੱਕ ਵਾਰੀ ਦੁਬਾਰੇ ਫਿਰ ਫੋਲਡ ਕਰਾਂਗੇ ਇਸਨੂੰ ਇਸ ਤਰ੍ਹਾਂ। ਜਿਹੜੀ ਆਪਾਂ ਲੰਬਾਈ ਰੱਖਣੀ ਉਹ 20 ਇੰਚ ਤਿਆਰ ਰੱਖਣੀ ਹੈਗੀ। ਇਹ ਆਪਣੇ ਕਾਮਲ ਦਾ ਨਿਸ਼ਾਨ ਲਾਇਆ 8 ਇੰਚ 'ਤੇ, ਇਹ 16 ਇੰਚ ਤਿਆਰ ਹੈ ਜੂ। ਇਹ ਲੰਬਾਈ ਜਿਹੜੀ ਹੁਣ 19 ਇੰਚ ਹੈਗੀ। 1 ਇੰਚ ਉੱਪਰ ਇਹਦੇ ਇਲਾਸਟਿਕ ਆ ਜੂਗਾ ਇਸ ਤਰ੍ਹਾਂ। ਜਿੰਨੀ ਦੀ ਆਪਣੇ ਲੰਬਾਈ ਲਿੱਤੀ ਆ ਉਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਨਿਸ਼ਾਨ ਲਾਵਾਂਗੇ। ਇੱਧਰ ਵੀ ਆਪਾਂ 19 ਇੰਚ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ। ਇਹ ਜਿਹਨੂੰ ਆਪਾਂ ਕਟਿੰਗ ਕਰਾਂਗੇ। ਬਣਾਉਣ ਵਿੱਚ ਬਹੁਤ ਹੀ ਆਸਾਨ ਹੈਗਾ, ਇਹ ਆਸਾਨੀ ਨਾਲ ਬਣ ਜਾਂਦਾ, ਤੁਸੀਂ ਜ਼ਰੂਰ ਟਰਾਈ ਕਰਨਾ। ਬਹੁਤ ਹੀ ਘੱਟ ਟਾਈਮ ਲੱਗਦਾ ਇਸਨੂੰ ਬਣਾਉਣ 'ਤੇ। ਇਸ ਤਰ੍ਹਾਂ ਜਿਹੜਾ ਆਪਣੀ ਇਹ ਕਟਿੰਗ ਆ ਇਹ ਕੰਪਲੀਟ ਹੋ ਗਈ ਆ। ਤੁਸੀਂ ਦੇਖੋ ਬਹੁਤ ਹੀ ਵਧੀਆ ਇਹਦੀ ਸ਼ੇਪ ਆਈ ਆ। ਹੁਣ ਇਸਨੂੰ ਆਪਾਂ ਬਣਾਉਣਾ ਸ਼ੁਰੂ ਕਰਾਂਗੇ। ਪਹਿਲਾਂ ਇਹਦੇ ਜਿਹੜੀ ਆਪਣੇ ਸਾਈਡ ਵਾਲੀ ਸਿਲਾਈ, ਦੋਨੇ ਸਾਈਡ ਸਿਲਾਈ ਪਾਵਾਂਗੇ ਇਸ ਤਰ੍ਹਾਂ। ਪਹਿਲੀ ਸਿਲਾਈ ਆਪਣੀ ਕੰਪਲੀਟ ਹੋ ਗਈ ਹੈ, ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਿਲਾਈ ਪਾਵਾਂਗੇ ਇਸ ਤਰ੍ਹਾਂ। ਜਿਹੜਾ ਆਪਣਾ ਲੰਚ ਹੈ ਬਣ ਕੇ, ਹੁਣ ਇਸਨੂੰ ਆਪਾਂ ਜਿਹੜੀ ਲੈਸ ਲਾਉਣੀ ਹੈ ਇਸ ਉੱਪਰ ਉਹ ਲਾਵਾਂਗੇ ਪਹਿਲਾਂ। ਆਹ ਤੁਸੀਂ ਦੇਖੋ ਇਹਦੀ ਸ਼ੇਪ, ਇਹਦੀ ਜਿਹੜੀ ਲੈਸ ਲਾਉਣੀ ਆਪਾਂ ਸ਼ੁਰੂ ਕਰਾਂਗੇ। ਜਿਹੜੀ ਆਪਣੀ ਲੈਸ ਆ ਹੇਠਾਂ ਤੋਂ ਇਸਨੂੰ ਆਪਾਂ ਕੱਚਾ ਹੀ ਧਰਾਂਗੇ, ਕਿਉਂਕਿ ਇਹ ਅੰਦਰ ਫੋਲਡ ਹੋ ਜੂਗਾ ਇਸਨੂੰ। ਜੇਕਰ ਤੁਸੀਂ ਇਸ ਉੱਪਰ ਲੈਸ ਨਹੀਂ ਲਾਉਣੀ ਤੁਸੀਂ ਪੀਕੋ ਵੀ ਕਰ ਸਕਦੇ ਹੋ ਇਸ ਉੱਪਰ। ਜਿਹੜੀ ਆਪਣੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਹੈ, ਇਸੇ ਤਰ੍ਹਾਂ ਆਪਾਂ ਦੂਸਰੀ ਸਿਲਾਈ ਲਾਵਾਂਗੇ ਉੱਪਰੋਂ ਇਸ ਸਾਈਡ। ਇਸ ਤਰ੍ਹਾਂ ਜਿਹੜੀ ਦੂਸਰੀ ਸਿਲਾਈ ਲਾਵਾਂਗੇ, ਜਿਹੜੀ ਆਪਣੀ ਲੈਸ ਲੱਗ ਕੇ ਬਿਲਕੁਲ ਤਿਆਰ ਆ। ਤੁਸੀਂ ਦੇਖੋ ਬਹੁਤ ਹੀ ਸੁੰਦਰ ਤਰੀਕੇ ਨਾਲ ਇਸਦਾ ਲੁੱਕ ਆਇਆ। ਹੁਣ ਜਿਹੜੇ ਆਪਣੇ ਇਲਾਸਟਿਕ ਪਾਉਣਾ ਉਸਦਾ ਕੱਪੜਾ ਤਿਆਰ ਕਰਾਂਗੇ। ਇਸੇ ਤਰ੍ਹਾਂ ਇਸਨੂੰ ਹੁਣ ਆਪਾਂ ਸਿਲਾਈ ਕਰਾਂਗੇ।
ਇਸ ਨੂੰ ਆਪਾਂ ਇਸ ਦੇ ਉੱਪਰ ਸਿਲਾਈ ਲਾ ਕੇ ਸੈੱਟ ਕਰਾਂਗੇ। ਇਹਦੋਂ ਨਹੀਂ ਸਿੱਧੀ ਸਾਈਡ ਰੱਖਣੀ, ਅੰਦਰਲੀ ਸਾਈਡ ਇਸੇ ਤਰ੍ਹਾਂ ਆਪਾਂ ਇਹ ਸਿਲਾਈ ਕੰਪਲੀਟ ਕਰਾਂਗੇ। ਬੱਚੇ ਛੋਟੇ ਬੱਚੇ ਵਾਸਤੇ ਇਸਨੂੰ ਆਪਣੇ ਘਰ ਤੁਸੀਂ ਜ਼ਰੂਰ ਟਰਾਈ ਕਰਿਓ, ਬਹੁਤ ਹੀ ਸੁੰਦਰ ਇਹਦਾ ਜਿਹੜਾ ਲੁੱਕ ਆ ਉਹ ਦੇਖਣ ਨੂੰ ਮਿਲੂ ਤੁਹਾਨੂੰ। ਇਹ ਜਿਹੜੀ ਆਪਣੀ ਪਹਿਲੀ ਸਿਲਾਈ ਆ ਇਹ ਕੰਪਲੀਟ ਹੋ ਗਈ ਆ। ਇਹ ਲਾਸਟ ਜਿਹੜਾ ਆਪਣੇ ਪਾਉਣਾ ਕਵਰ ਨਾਲ ਥੋੜ੍ਹਾ ਜਿਹਾ ਜ਼ਿਆਦਾ ਪਾਵਾਂਗੇ ਕਿਉਂਕਿ ਇਸਨੂੰ ਫਿਰ ਪਾਉਣ ਵਿੱਚ ਦਿੱਕਤ ਨਹੀਂ ਆਉਂਦੀ। ਇਸ ਤਰ੍ਹਾਂ ਪਹਿਲਾਂ ਇਸ ਉੱਪਰ ਆਪਾਂ ਸਿਲਾਈ ਲਾਵਾਂਗੇ। ਹੁਣ ਇਸਦੀ ਪਹਿਲਾਂ ਆਪਾਂ ਕੱਚੀ ਸਿਲਾਈ ਲਾਵਾਂਗੇ, ਉਸ ਤੋਂ ਬਾਅਦ ਇਸਦੇ ਵਿੱਚ ਆਪਾਂ ਲਾਸਟ ਪਾਵਾਂਗੇ। ਫਿਰ ਆਪਾਂ ਨੂੰ ਲਾਸਟਿਕ ਪਾਉਣ ਵਿੱਚ ਬਹੁਤ ਹੀ ਆਸਾਨੀ ਹੋਵੇਗੀ। ਇਸ ਤਰ੍ਹਾਂ ਜਿਹੜੀ ਆਪਣੀ ਸਿਲਾਈ ਕੰਪਲੀਟ ਹੋ ਗਈ ਹੈ ਕੱਚੀ, ਹੁਣ ਇਸਦੇ ਵਿੱਚ ਆਪਾਂ ਜਿਹੜਾ ਲਾਸਟਿਕ ਆ ਉਹ ਪਾਵਾਂਗੇ। ਜਿਹੜੀ ਆਪਣੀ ਲਾਸਟ ਵਾਲੀ ਸਿਲਾਈ ਆ ਸ਼ੁਰੂ ਆ, ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਨੂੰ ਕੰਪਲੀਟ ਕਰ ਲਾਂਗੇ ਇਸਨੂੰ। ਇਸ ਤਰ੍ਹਾਂ ਜਿਹੜੀ ਆਪਣੀ ਸਿਲਾਈ ਆ ਕੰਪਲੀਟ ਹੋ ਗਈ ਆ। ਇਹ ਆਪਣਾ ਲੰਚ ਜਿਹੜਾ ਬਣ ਕੇ ਬਿਲਕੁਲ ਤਿਆਰ ਆ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਜ਼ਰੂਰ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ ਜੀ।